ਜੀ ਹਾਂ ਇਹ ਦਿਨ ਹੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਜਹੀ ਵੀ ਵਾਰਦਾਤ ਇੱਕ ਹੋਰ ਸਾਹਮਣੇ ਆਈ ਹੈ ਜਿੱਥੇ ਦੇਨ ਦਿਹਾੜੇ ਸ਼ਰੇਆਮ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਔਰ 1.5 ਲੱਖ ਰੁਪਏ ਦੀ ਤਕਰੀਬਨ ਲੁੱਟ ਕੀਤੀ ਗਈ ਆਰ ਸ਼ਰੇਆਮ ਬੰਦੂਕ ਦੀ ਨੋਕ ਤੇ ਸਾਰੇ ਕਰੰਦੇਆਂ ਨੂੰ ਬੰਦੀ ਬਣਾ ਲਿਆ ਜਾਂਦਾ ਜਿਹੜੇ ਕਰੰਦੇ ਉੱਥੇ ਪੈਟਰੋਲ ਪੰਪ ਤੇ ਖੜੇ ਹੁੰਦੇ ਆ ਬਾਈਕ ਦੇ ਵਿੱਚ ਤੇਲ ਪਾ ਰਹੇ ਹੁੰਦੇ ਆ ਉਹਨਾਂ ਨੂੰ ਪਿਸਤੌਲ ਦੇ ਨਾਲ ਡਰਾਇਆ ਜਾਂਦਾ ਹੈ ਪਿਸਤੌਲ ਕੱਢਿਆ ਜਾਂਦਾ ਹੈ ਆਪਣਾ ਉਸ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਕਮਰੇ ਦੇ ਵਿੱਚ ਬੰਦੀ ਬਣਾ ਲਿਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਤਸਵੀਰਾਂ ਦੇ ਹਵਾਲੇ ਤੋਂ ਇਹ ਸਾਰੀ ਘਟਨਾ ਜਿਹੜੀ ਹੈ ਉਹ ਕੈਦ ਹੋ ਚੁੱਕੀ ਹੈ ਔਰ ਮੂੰਹ ਇਹਨਾਂ ਲੁਟੇਰਿਆਂ ਦੇ ਆਪਣੇ ਬੰਨੇ ਹੋਏ ਆ ਦੋ ਤੋਂ ਤਿੰਨ ਲੁਟੇਰੇ ਦੱਸੇ ਜਾ ਰਹੇ ਨੇ ਪਰ ਕਰਿੰਦਾ ਜਿਹੜਾ ਦੇਖ ਸਕਦੇ ਹੋ ਵਾਰ-ਵਾਰ ਹੱਥ ਜੋੜਿਆ ਕਿ ਨਾ ਭਾਈ ਮੈਨੂੰ ਛੱਡ ਦਿਓ ਬਾਕੀ ਜੋ ਵੀ ਤੁਸੀਂ ਸਮਾਨ ਖੜਨਾ ਉਹ ਲੈ ਜਾਓ ਕਿਉਂਕਿ ਅਕਸਰ ਕੀ ਅਜਿਹੇ ਲੁਟੇਰੇ ਜਿਹੜੇ ਹੁੰਦੇ ਨੇ ਉਹ ਆਪਣੀ ਪਿਸਤੌਲ ਦੀ ਨੋਕ ਤੇ ਆਨ ਕੇ ਕਿਸੇ ਦੇ ਕੋਲੋਂ ਵੀ ਕੈਸ਼ ਖੋਹ ਲੈਂਦੇ ਨੇ ਮੋਬਾਈਲ ਖੋਹ ਲੈਂਦੇ ਨੇ ਇਹ ਜਹੀਆਂ ਵਾਰਦਾਤਾ ਵਾਪਰਦੀਆਂ ਨੇ ਤਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਲੁਟੇਰਿਆਂ ਨੂੰ ਕਿਸੇ ਦਾ ਖੌਫ ਨਹੀਂ ਹੈ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਭੈ ਨਹੀਂ ਹੈ ਦਿਨ ਦਿਹਾੜੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਸਾਰੀ ਘਟਨਾ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਨਕੋਦਰ ਦੇ ਪਿੰਡ ਕੁਲਾਰ ਦੇ ਵਿੱਚ ਇਹ ਪੈਟਰੋਲ ਪੰਪ ਸੀਗਾ ਜਿੱਥੇ ਦਿਨ ਦਿਹਾੜੇ ਇਹ ਬਾਈਕ ਸਵਾਰ ਦੋ ਤੋਂ ਤਿੰਨ ਲੁਟੇਰੇ ਦੱਸੇ ਜਾ ਰਹੇ ਨੇ ਜਿਹੜੇ ਆਉਂਦੇ ਨੇ ਸਭ ਤੋਂ ਪਹਿਲਾਂ ਕਰਿੰਦਿਆਂ ਨੂੰ ਆਣ ਕੇ ਡਰਾਇਆ ਧਮਕਾਇਆ ਜਾਂਦਾ ਹੈ ਉਹਨਾਂ ਨੂੰ ਪਿਸਤੌਲ ਦਿਖਾਈ ਜਾਂਦੀ ਹੈ ਔਰ ਪਿਸਤੌਲ ਦੇ ਨਾਲ ਉਹਨਾਂ ਨੂੰ ਜਿਹੜਾ ਰੂਮ ਹੁੰਦਾ ਹੈ ਜਿੱਥੇ ਮੈਨੇਜਰ ਬੈਠਦਾ ਹੈ ਜਿੱਥੇ ਸਾਰਾ ਪੈਟਰੋਲ ਪੰਪ ਦਾ ਜਿਹੜੇ ਕੈਸ਼ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਤਾਂ ਉਹ ਇੱਥੇ ਰੂਮ ਬਣਾਇਆ ਹੁੰਦਾ ਹੈ ਤਾਂ ਇੱਥੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਬਾਰੋਂ ਜਿਹੜੇ ਕਰਿੰਦਿਆਂ ਨੂੰ ਪਿਸਤੌਲ ਦੀ ਨੋਕ ਤੇ ਅੰਦਰ ਜਿਹੜਾ ਸੱਦਿਆ ਜਾਂਦਾ ਹੈ ਉੱਥੇ ਬੰਦੀ ਬਣਾਇਆ ਜਾਂਦਾ ਹੈ ਉੱਥੇ ਬਿਠਾ ਲਿਆ ਜਾਂਦਾ ਔਰ ਕਰਿੰਦੇ ਬਾਰ-ਬਾਰ ਜਿਹੜੇ ਨੇ ਉਹ ਹੱਥ ਜੋੜ ਰਹੇ ਨੇ ਕਿ ਤੁਸੀਂ ਜੋ ਕੁਝ ਵੀ ਖੜਨਾ ਲੈ ਜਾਓ ਪਰ ਸਾਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚਾਓ ਤਾਂ ਇਹ ਤਸਵੀਰਾਂ ਦੇ ਹਵਾਲੇ ਤੋਂ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਪਿਸਤੌਲ ਲੈ ਕੇ ਆਉਂਦੇ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਣ ਕੇ ਤਿੰਨ ਜਿਹੜੇ ਮੋਬਾਈਲ ਫੋਨ ਨੇ ਕਰਿੰਦਿਆਂ ਦੇ ਉਹ ਵੀ ਖੋਹ ਲਏ ਜਾਂਦੇ ਨੇ ਕਰਿੰਦਿਆਂ ਦੇ ਤਿੰਨ ਮੋਬਾਈਲ ਫੋਨ ਖੋਹ ਲਏ ਜਾਂਦੇ ਨੇ ਔਰ ਇਸ ਦੇ ਨਾਲ ਹੀ ਤਕਰੀਬਨ 1.5 ਲੱਖ ਰੁਪਇਆ ਦੱਸਿਆ ਜਾ ਰਿਹਾ ਕਿ ਲੁੱਟ ਕੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਚਿੱਟੇ ਦਿਨ ਦੀ ਇਹ ਘਟਨਾ ਹੈ ਦੇਨ ਦਿਹਾੜੇ ਸਵਾਰਦਾਤ ਨੂੰ ਲੁਟੇਰਿਆਂ ਦੇ ਵੱਲੋਂ ਜਿਹੜਾ ਅੰਜਾਮ ਦਿੱਤਾ ਗਿਆ ਔਰ ਹੱਥ ਦੇ ਵਿੱਚ ਦੇਖ ਸਕਦੇ ਹੋ ਪਿਸਤੌਲ ਜਿਹੜਾ ਫੜਿਆ ਹੋਇਆ ਲੁਟੇਰਿਆਂ ਦੇ ਵੱਲੋਂ ਔਰ ਆਪਣੇ ਮੂੰਹ ਜਿਹੜੇ ਆ ਉਹ ਬੰਨੇ ਹੋਏ ਨੇ ਪਰਨੇ ਦੇ ਨਾਲ ਮੂੰਹ ਜਿਹੜੇ ਉਹ ਟੱਕੇ ਹੋਏ ਨੇ ਔਰ ਆਣ ਕੇ ਕਰਿੰਦਿਆਂ ਦੇ ਉੱਪਰ ਪਿਸਤੌਲ ਜਿਹੜੀ ਤਾਣ ਦਿੱਤੀ ਜਾਂਦੀ ਹੈ ਤੇ ਵੱਡੀ ਲੁੱਟ ਜਿਹੜੀ ਆ ਉਹ ਦਿਨ ਦਿਹਾੜੇ ਕਰ ਲਈ ਜਾਂਦੀ ਹੈ ਜੀ ਹਾਂ ਇਹ ਦਿਨ ਹੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਅਜਿਹੀ ਵਾਰਦਾਤ ਇੱਕ ਹੋਰ ਸਾਹਮਣੇ ਆਈ ਹੈ ਜਿੱਥੇ ਦਿਨ ਦਿਹਾੜੇ ਸ਼ਰਿਆਮ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਨੂੰ ਇੱਕ ਵਾਰ ਫਿਰ ਨਿਸ਼ਾਨਾ ਬਣਾਇਆ ਗਿਆ ਔਰ 1.5 ਲੱਖ ਰੁਪਏ ਦੀ ਤਕਰੀਬਨ ਲੁੱਟ ਕੀਤੀ ਗਈ ਔਰ ਸ਼ਰਿਆਮ ਬੰਦੂਕ ਦੀ ਨੋਕ ਤੇ ਸਾਰੇ ਕਰਿੰਦਿਆਂ ਨੂੰ ਬੰਦੀ ਬਣਾ ਲਿਆ ਜਾਂਦਾ ਜਿਹੜੇ ਕਰਿੰਦੇ ਉੱਥੇ ਪੈਟਰੋਲ ਪੰਪ ਤੇ ਖੜੇ ਹੁੰਦੇ ਐ ਬਾਈਕ ਦੇ ਵਿੱਚ ਤੇਲ ਪਾਰੇ ਹੁੰਦੇ ਆ ਉਹਨਾਂ ਨੂੰ ਪਿਸਤੌਲ ਦੇ ਨਾਲ ਡਰਾਇਆ ਜਾਂਦਾ ਹੈ ਪਿਸਤੌਲ ਕੱਢਿਆ ਜਾਂਦਾ ਹੈ ਆਪਣਾ ਉਸ ਤੋਂ ਬਾਅਦ ਉਹਨਾਂ ਸਾਰਿਆਂ ਨੂੰ ਕਮਰੇ ਦੇ ਵਿੱਚ ਬੰਦੀ ਬਣਾ ਲਿਆ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੀਸੀਟੀਵੀ ਤਸਵੀਰਾਂ ਦੇ ਹਵਾਲੇ ਤੋਂ ਇਹ ਸਾਰੀ ਘਟਨਾ ਜਿਹੜੀ ਹੈ ਉਹ ਕੈਦ ਹੋ ਚੁੱਕੀ ਹੈ ਔਰ ਮੂੰਹ ਇਹਨਾਂ ਲੁਟੇਰਿਆਂ ਦੇ ਆਪਣੇ ਬੰਨੇ ਹੋਏ ਆ ਦੋ ਤੋਂ ਤਿੰਨ ਲੁਟੇਰੇ ਦੱਸੇ ਜਾ ਰਹੇ ਨੇ ਪਰ ਕਰਿੰਦਾ ਜਿਹੜਾ ਦੇਖ ਸਕਦੇ ਹੋ ਬਾਰ-ਬਾਰ ਹੱਥ ਜੋੜਿਆ ਕਿ ਨਾ ਭਾਈ ਮੈਨੂੰ ਛੱਡ ਦਿਓ ਅਾਕੀ ਜੋ ਵੀ ਤੁਸੀਂ ਸਮਾਨ ਖੜਨਾ ਉਹ ਲੈ ਜਾਓ ਕਿਉਂਕਿ ਅਕਸਰ ਹੀ ਅਜਿਹੇ ਲੁਟੇਰੇ ਜਿਹੜੇ ਹੁੰਦੇ ਨੇ ਉਹ ਆਪਣੀ ਪਿਸਤੌਲ ਦੀ ਨੋਕ ਤੇ ਆਨ ਕੇ ਕਿਸੇ ਦੇ ਕੋਲੋਂ ਵੀ ਕੈਸ਼ ਖੋਹ ਲੈਂਦੇ ਨੇ ਮੋਬਾਈਲ ਖੋਹ ਲੈਂਦੇ ਨੇ ਅਜਿਹੀਆਂ ਵਾਰਦਾਤਾਂ ਵਾਪਰਦੀਆਂ ਨੇ ਤਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨ੍ਹਾਂ ਲੁਟੇਰਿਆਂ ਨੂੰ ਕਿਸੇ ਦਾ ਖੌਫ ਨਹੀਂ ਹੈ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਭੈ ਨਹੀਂ ਹੈ ਦਿਨ ਦਿਹਾੜੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਜਿਹੜਾ ਉਹ ਦਿੱਤਾ ਗਿਆ ਸਾਰੀ ਘਟਨਾ ਤੁਹਾਨੂੰ ਦੱਸ ਦੇਣਾ ਚਾਹਾਂਗਾ ਕਿ ਨਕੋਦਰ ਦੇ ਪਿੰਡ ਕੁਲਾਰ ਦੇ ਵਿੱਚ ਇਹ ਪੈਟਰੋਲ ਪੰਪ ਸੀਗਾ ਜਾ ਜਿੱਥੇ ਦਿਨ ਦਿਹਾੜੇ ਇਹ ਬਾਈਕ ਸਵਾਰ ਦੋ ਤੋਂ ਤਿੰਨ ਲੁਟੇਰੇ ਦਸੇ ਜਾ ਰਹੇ ਨੇ ਜਿਹੜੇ ਆਉਂਦੇ ਨੇ ਸਭ ਤੋਂ ਪਹਿਲਾਂ ਕਰਿੰਦਿਆਂ ਨੂੰ ਆਣ ਕੇ ਡਰਾਇਆ ਧਮਕਾਇਆ ਜਾਂਦਾ ਹੈ ਉਹਨਾਂ ਨੂੰ ਪਿਸਤੌਲ ਦਿਖਾਈ ਜਾਂਦੀ ਹੈ ਔਰ ਪਿਸਤੌਲ ਦੇ ਨਾਲ ਉਹਨਾਂ ਨੂੰ ਜਿਹੜਾ ਰੂਮ ਹੁੰਦਾ ਹੈ ਜਿੱਥੇ ਮੈਨੇਜਰ ਬੈਠਦਾ ਹੈ ਜਿੱਥੇ ਸਾਰਾ ਪੈਟਰੋਲ ਪੰਪ ਦਾ ਜਿਹੜੇ ਕੈਸ਼ ਦਾ ਹਿਸਾਬ ਕਿਤਾਬ ਕੀਤਾ ਜਾਂਦਾ ਹੈ ਤਾਂ ਉਹ ਇੱਥੇ ਰੂਮ ਬਣਾਇਆ ਹੁੰਦਾ ਤਾਂ ਇੱਥੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਤੁਸੀਂ ਦੇਖ ਸਕਦੇ ਹੋ ਕਿ ਬਾਰੋਂ ਜਿਹੜੇ ਕਰਿੰਦਿਆਂ ਨੂੰ ਪਿਸਤੌਲ ਦੀ ਨੋਕ ਤੇ ਅੰਦਰ ਜਿਹੜਾ ਸੱਦਿਆ ਜਾਂਦਾ ਹੈ ਉੱਥੇ ਬੰਦੀ ਬਣਾਇਆ ਜਾਂਦਾ ਹੈ ਉੱਥੇ ਬਿਠਾ ਲਿਆ ਜਾਂਦਾ ਔਰ ਕਰਿੰਦੇ ਬਾਰ-ਬਾਰ ਜਿਹੜੇ ਨੇ ਉਹ ਹੱਥ ਜੋੜ ਰਹੇ ਨੇ ਕਿ ਤੁਸੀਂ ਜੋ ਕੁਝ ਵੀ ਖੜਨਾ ਲੈ ਜਾਓ ਪਰ ਸਾਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਜਿਹੜਾ ਉਹ ਨਾ ਪਹੁੰਚਾਇਓ ਤਾਂ ਇਹ ਤਸਵੀਰਾਂ ਦੇ ਹਵਾਲੇ ਤੋਂ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਪਿਸਤੌਲ ਲੈ ਕੇ ਆਉਂਦੇ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਆਣ ਕੇ ਤਿੰਨ ਜਿਹੜੇ ਮੋਬਾਈਲ ਫੋਨ ਨੇ ਕਰਿੰਦਿਆਂ ਦੇ ਉਹ ਵੀ ਖੋਹ ਲਏ ਜਾਂਦੇ ਨੇ ਕਰਿੰਦਿਆਂ ਦੇ ਤਿੰਨ ਮੋਬਾਈਲ ਫੋਨ ਖੋਹ ਲਏ ਜਾਂਦੇ ਨੇ ਔਰ ਇਸ ਦੇ ਨਾਲ ਹੀ ਤਕਰੀਬਨ 1.5 ਲੱਖ ਰੁਪਇਆ ਦੱਸਿਆ ਜਾ ਰਿਹਾ ਕਿ ਲੁੱਟ ਕੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ ਚਿੱਟੇ ਦਿਨ ਦੀ ਇਹ ਘਟਨਾ ਹੈ ਦੇਨ ਦਿਹਾੜੇ ਸਵਾਰਦਾਤ ਨੂੰ ਲੁਟੇਰਿਆਂ ਦੇ ਵੱਲੋਂ ਜਿਹੜਾ ਅੰਜਾਮ ਦਿੱਤਾ ਗਿਆ ਔਰ ਹੱਥ ਦੇ ਵਿੱਚ ਦੇਖ ਸਕਦੇ ਹੋ ਪਿਸਤੌਲ ਜਿਹੜਾ ਫੜਿਆ ਹੋਇਆ ਲੁਟੇਰਿਆਂ ਦੇ ਵੱਲੋਂ ਔਰ ਆਪਣੇ ਮੂੰਹ ਜਿਹੜੇ ਹੈ ਉਹ ਬੰਨੇ ਹੋਏ ਨੇ ਪਰਨੇ ਦੇ ਨਾਲ ਮੂੰਹ ਜਿਹੜੇ ਉਹ ਟੱਕੇ ਹੋਏ ਨੇ ਔਰ ਆਣ ਕੇ ਕਰਿੰਦਿਆਂ ਦੇ ਉੱਪਰ ਪਿਸਤੌਲ ਜਿਹੜੀ ਤਾਣ ਦਿੱਤੀ ਜਾਂਦੀ ਹੈ ਤੇ ਵੱਡੀ ਲੁੱਟ ਜਿਹੜੀ ਆ ਉਹ ਦਿਨ ਦਿਹਾੜੇ ਕਰ ਲਈ ਜਾਂਦੀ ਹੈ